ਸਟੱਡੀ ਵੀਜ਼ੇ ਨੂੰ ਲੈ ਕੇ ਕਈ ਪੰਜਾਬੀ ਬਾਹਰ ਜਾਂਦੇ ਨੇ, ਪਰ ਉਹ ਜਾਂਦੇ ਤਾਂ ਹੈਗੇ ਨੇ, ਪਰ ਹੁਣ ਜੋ ਅੰਕੜਾ ਸਾਹਮਣੇ ਆਇਆ, ਕਹਿੰਦੇ ਪੰਜਾਬ ਦੇ ਕਈ ਸਟੂਡੈਂਟਸ ਜਿਹੜੇ ਕਈ ਕਰਜ਼ਾ ਖੜਾ ਹੋ ਗਿਆ, ਜਿਹਦੀ ਅੰਕੜਾ 3,000 ਕਰੋੜ ਦੱਸਿਆ ਜਾ ਰਿਹਾ। ਸਾਡੇ ਮੁੱਖ ਮੰਤਰੀ ਭਗਵੰਤ ਮਾਨ ਕੀ ਕਹਿੰਦੇ ਸੀ, ਅਸੀਂ ਤਾਂ ਅੰਗਰੇਜ਼ਾਂ ਨੂੰ ਇੱਥੇ ਪੜ੍ਹਨ ਲੈ ਆਵਾਂਗੇ ਜੀ। ਅੰਗਰੇਜ਼ਾਂ ਨੂੰ ਛੱਡੋ, ਆ ਜਿਹੜੇ ਕਾਲੇ ਅੰਗਰੇਜ਼ ਗੋਰੇ ਅੰਗਰੇਜ਼ਾਂ ਕੋਲ ਚੱਲੇ ਨੇ, ਤੁਸੀਂ ਇਹਨਾਂ ਨੂੰ ਹੀ ਲੈ ਆਓ ਪਹਿਲਾਂ। ਸਟੱਡੀ ਵੀਜ਼ੇ ਨੂੰ ਲੈ ਕੇ ਕਈ ਪੰਜਾਬੀ ਬਾਹਰ ਜਾਂਦੇ ਨੇ, ਪਰ ਉਹ ਜਾਂਦੇ ਤਾਂ ਹੈਗੇ ਨੇ, ਪਰ ਹੁਣ ਜੋ ਅੰਕੜਾ ਸਾਹਮਣੇ ਆਇਆ, ਕਹਿੰਦੇ ਪੰਜਾਬ ਦੇ ਕਈ ਸਟੂਡੈਂਟਸ ਜਿਹੜੇ ਕਈ ਕਰਜ਼ਾ ਖੜਾ ਹੋ ਗਿਆ, ਜਿਹਦੀ ਅੰਕੜਾ 3,000 ਕਰੋੜ ਦੱਸਿਆ ਜਾ ਰਿਹਾ ਜੀ। ਇੱਕ ਅਖਬਾਰ ਨੇ ਬਹੁਤ ਪ੍ਰਮੁੱਖਤਾ ਦੇ ਨਾਲ ਅੱਜ ਇਸ ਗੱਲ ਨੂੰ ਛਾਪਿਆ ਜੀ। ਤੁਸੀਂ ਦੇਖੋ ਕਿ ਤੇਜ਼ੀ ਨਾਲ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਕੀ ਕਹਿੰਦੇ ਸੀ, ਅਸੀਂ ਤਾਂ ਅੰਗਰੇਜ਼ਾਂ ਨੂੰ ਇੱਥੇ ਪੜ੍ਹਨ ਲੈ ਆਵਾਂਗੇ ਜੀ। ਅੰਗਰੇਜ਼ਾਂ ਨੂੰ ਛੱਡੋ, ਆ ਜਿਹੜੇ ਕਾਲੇ ਅੰਗਰੇਜ਼ ਗੋਰੇ ਅੰਗਰੇਜ਼ਾਂ ਕੋਲ ਚੱਲੇ ਨੇ, ਤੁਸੀਂ ਇਹਨਾਂ ਨੂੰ ਹੀ ਲੈ ਆਓ ਪਹਿਲਾਂ। ਦੇਸ਼ ਆਜ਼ਾਦ ਕਦੋਂ ਹੋਇਆ ਸੀ? 1947 'ਚ ਜੀ। ਕਿਹਾ ਕੀ ਸੀ ਕਿ ਗੋਰਿਓ ਸਾਡੇ ਮੁਲਕ ਨੂੰ ਛੱਡੋ, ਅਤੇ ਹੁਣ ਜਹਾਜ਼ ਭਰ ਭਰ ਕੇ ਗੋਰਿਆਂ ਕੋਲ ਜਾ ਰਿਹਾ ਕਿ ਗੋਰਾ ਜੀ, ਅੱਜ ਜਿਨ੍ਹਾਂ ਨੂੰ ਤੁਸੀਂ ਦੇਸ਼ ਦੇ ਕੇ ਆਏ ਸੀ, ਉਹ ਤਾਂ ਭਾਰਤ ਮਾਂ ਦੇ ਅਸਲੀ ਸਪੂਤ ਰਹੇ ਹੀ ਨਹੀਂ, ਦੁਬਾਰਾ ਉਹਨਾਂ ਗੋਰਿਆਂ ਕੋਲ ਜਾ ਰਹੇ ਹਾਂ ਕਿ ਸਾਨੂੰ ਸਾਂਭੋ, ਸਾਨੂੰ ਰੁਜ਼ਗਾਰ ਦਿਓ, ਅਤੇ ਦਿੱਤਾ ਵੀ ਹੈ। ਇੱਥੇ ਇੱਕ ਕਿਸਮ ਦੇ ਨਾਲ ਤੁਸੀਂ ਕਹਿ ਸਕਦੇ ਹੋ, ਜਿੰਨੇ ਤੇਜ਼ੀ ਦੇ ਨਾਲ ਇਹ ਕਰਜ਼ੇ ਲੈ ਕੇ ਬਾਹਰ ਜਾ ਰਹੇ ਨੇ ਜੀ, ਕੀ ਜਿਹੜਾ ਕੋਈ ਨਾਰਾ ਦੇ ਦਿੰਦਾ, ਕੋਈ ਨਾਰਾ ਦੇ ਦਿੰਦਾ, ਮੈਂ ਸਿੱਖਿਆ ਚਾਹ ਕਰ ਦੂੰ, ਮੈਂ ਫਲਾਨਾ ਕਰ ਦੂੰ, ਢੀਂਗੜਾ ਕਰ ਦੂੰ, ਇਹ ਸਾਰੇ ਉਹਦੇ ਵਿੱਚ ਕਰਦੇ ਕੀ ਨੇ? ਮੇਰੀ ਸਮਝ ਤੋਂ ਬਾਹਰ ਦੀ ਗੱਲ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।